ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੋਤ ਕੌਰ ਪੁਲਰ, ਹੋਪ ਯੂ ਆਲ ਆਰ ਡੂਇੰਗ ਵੈਰੀ ਵੈਲ। ਸੋ ਅੱਜ ਆਪਾਂ ਜਿਹੜੀ ਚੀਜ਼ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈਗੇ ਆ ਪਰਫਿਊਮਸ ਅਤੇ ਮਿਸਟ। ਕਿਹੜੇ ਕਿਹੜੇ ਪਰਫਿਊਮ, ਕਿਹੜੇ ਕਿਹੜੇ ਮਿਸਟ, ਵਿਚ ਇਜ਼ ਲਾਈਕ ਟੋਟਲੀ ਬਜਟ ਫਰੈਂਡਲੀ, ਕੋਈ ਵੀ ਅਫੋਰਡ ਕਰ ਸਕਦਾ। ਆਈ ਹੈਵ ਲਾਈਕ ਟੂ ਕੈਟੇਗਰੀਜ਼ ਆ ਮੇਰੇ ਕੋਲ ਅੱਜ, ਇੱਕ ਹੈਗੀਆਂ ਅੰਡਰ 1000 ਅਤੇ ਇੱਕ ਹੈਗੀਆਂ ਅੰਡਰ 1500। ਉਹ ਡਿਪੈਂਡ ਕਰਦਾ ਹੈ ਜਿਹਨੂੰ ਜਿਹੜਾ ਅਫੋਰਡੇਬਲ ਲੱਗਦਾ, ਯੂ ਕੈਨ ਬਾਏ। ਓਕੇ, ਸੋ ਇਹਨਾਂ ਦੀ ਜਿਹੜੀ ਸਟੇ ਹੈ ਉਹ ਇਸ ਤਰ੍ਹਾਂ ਆ, ਅਰਾਊਂਡ 6 to 8 ਆਵਰਸ ਸਟੇ ਕਰਦੇ ਆ, ਅਤੇ ਫਿਰ ਆਪਾਂ ਨੂੰ ਕੀ ਇਹਨਾਂ ਨੂੰ ਸਪਰੇ ਕਰਨਾ ਪੈਂਦਾ ਆ। ਸੋ ਪਹਿਲਾ ਜਿਹੜਾ ਆਪਣੇ ਕੋਲ ਪਰਫਿਊਮ ਹੈਗਾ ਉਹ ਹੈਗਾ ਫੀਲਡਸ ਐਟ ਦਾ ਨਾਈਟ ਫਾਲ, ਫੀਲਡਸ ਐਟ ਦਾ ਨਾਈਟ ਫਾਲ, ਜੋ ਕੀ ਆ ਇੱਕ ਪੋਕਿਟ ਪਰਫਿਊਮ ਹੈ। ਸੋ ਇਹਦੀ ਸਟੇ ਕੀ ਆ, ਇਹਦੀ ਸਟੇ ਕਾਫੀ ਅੱਛੀ ਆ, ਕਿਉਂਕਿ ਇਹ ਇਸ ਦੇ ਵਿੱਚ ਇਹਦਾ ਪ੍ਰਾਈਸ ਆਪਾਂ ਨੂੰ ਹੈਗਾ ਆ 490। ਓਕੇ ਜੀ, ਨੈਕਸਟ ਵੀ ਹੈਵ ਵਨ ਮੋਰ ਫੋਰ ਪੋਕਿਟ ਫਰੈਂਡਲੀ ਪਰਫਿਊਮ, ਦੈਟ ਇਜ਼ ਵੰਡਰ ਰੋਜ਼, ਵਿਚ ਇਜ਼ ਆਲਸੋ ਫਰੋਮ ਜ਼ਾਰਾ। ਇਹ ਦੋ ਮੇਰੇ ਕੋਲ ਕੀ ਆ ਪੋਕਿਟ ਪਰਫਿਊਮਸ ਨੇ। ਸੋ ਇਹਨਾਂ ਦੋਨਾਂ ਵਿੱਚੋਂ ਜਿਹੜਾ ਮੇਰਾ ਫੇਵਰੇਟ ਆ ਉਹ ਹੈਗਾ ਫੀਲਡਸ ਐਟ ਦਾ ਨਾਈਟ ਫਾਲ, ਉਹ ਮੇਰਾ ਰੀਪਰਚੇਜ਼ ਹੈ। ਸੋ ਇਨ ਇਹ ਆਪਾਂ ਨੂੰ ਕੋਸਟ ਕਰਦੇ ਆ 490। ਓਕੇ, ਅਤੇ ਕਾਫੀ ਲੰਬਾ ਟਾਈਮ ਤੱਕ ਚੱਲ ਜਾਂਦੇ ਹੈਗੇ, ਤਾਂ ਫਿਰ ਕੋਈ ਇੰਨਾ ਹੈ ਨਹੀਂ ਕਿ ਜੇ ਛੋਟੀ ਬੋਟਲ ਹੈ ਤਾਂ ਇਹ ਕਾਫੀ ਜਲਦੀ ਖਤਮ ਹੋ ਜਾਵੇ, ਐਵੇਂ ਦਾ ਕੁਛ ਵੀ ਨਹੀਂ ਆ। ਸੋ ਨੈਕਸਟ ਵੀ ਹੈਵ ਲਾਈਕ ਸੇਮ ਪਰਫਿਊਮ ਜੋ ਮੈਂ ਤੁਹਾਨੂੰ ਕਿਹਾ ਫੀਲਡਸ ਐਟ ਦਾ ਨਾਈਟ ਫਾਲ, ਬਟ ਜਿਹੜੀ ਇਹਦੀ ਏ ਵਾਲੀ ਪੈਕੇਜਿੰਗ ਆ ਉਹ ਆਪਾਂ ਨੂੰ ਕੋਸਟ ਕਰਦੀ ਆ ਅਰਾਊਂਡ 690 ਰੁਪੀਜ਼, ਜਿਹੜੀ ਆਪਾਂ ਨੂੰ ਏ ਵਾਲੀ ਬੋਟਲ। ਸੋ ਆਪਾਂ ਨੂੰ ਇਹ ਏ ਵਾਲੀ ਪੈਕੇਜਿੰਗ ਦੇ ਵਿੱਚ ਕੀ ਆ ਰਿਸੀਵ ਹੁੰਦਾ। ਐਂਡ ਨੈਕਸਟ ਵੀ ਹੈਵ ਆਰ ਨੈਕਸਟ ਪਰਫਿਊਮ, ਦੈਟ ਇਜ਼ ਔਰਚਿਡ, ਵਿਚ ਇਜ਼ ਆਲਸੋ ਫਰੋਮ ਜ਼ਾਰਾ, ਐਂਡ ਇਟ ਕੋਸਟ ਅਸ ਸੇਮ, ਦੈਟ ਇਜ਼ 790 ਰੁਪੀਜ਼। ਸੋ ਦੀਜ਼ ਆਰ ਸਮ ਪਰਫਿਊਮਸ ਵਿਚ ਕੋਸਟਸ ਮੀ ਲਾਈਕ 490 ਐਂਡ 690, ਵਿਚ ਇਜ਼ ਅੰਡਰ 1000। ਹੁਣ ਜਿਹੜੀ ਸੈਕਿੰਡ ਕੈਟੇਗਰੀ ਹੈ ਉਹ ਹੈਗੀ ਹੈਗੀ ਆਪਣੇ 1500, ਅੰਡਰ 1500। ਸੋ ਇਹਨਾਂ ਦੀ ਕੀ ਆ ਸਟੇ ਵੀ ਕਾਫੀ ਅੱਛੀ ਆ। ਸੋ ਫਸਟ ਆਈ ਐਮ ਗੋਇੰਗ ਟੂ ਟੋਕ ਅਬਾਊਟ ਦੈਟ ਫੈਮੇ, ਵਿਚ ਇਜ਼ ਲਾਈਕ ਮਾਈ ਕਰੰਟ ਫੇਵਰੇਟ, ਦੈਟ ਇਜ਼ ਫੈਮੇ। ਬਹੁਤ ਹੀ ਕਿਊਟ ਜੀ ਪੈਕੇਜਿੰਗ ਹੈ ਇਹਦੀ, ਨੀਚੇ ਤੋਂ ਕੀ ਆ ਮਤਲਬ ਐਵੇਂ ਪੂਰੀ ਯੈਲੋ ਕਲਰ, ਪਿੰਕ ਕਲਰ ਦੀ ਇੱਕ ਸ਼ਾਈਨ ਆਉਂਦੀ ਆ, ਉੱਪਰੋਂ ਕੀ ਇੱਕ ਯੈਲੋ ਕਲਰ ਦੀ, ਵਿਦ ਸਟੱਡ ਲਾਈਕ ਸਟੱਡੀ ਜਾਂ ਇਹਦਾ ਕੈਪ ਹੈ। ਸੋ ਇਟ ਇਹਦੀ ਫਰੈਗਰੈਂਸ ਬਹੁਤ ਹੀ ਸਿਟ੍ਰਿਕ ਜੀ ਫਰੈਗਰੈਂਸ ਆ, ਬਹੁਤ ਅੱਛਾ ਆ। ਸੋ ਇਹਦੀ ਜਿਹੜੀ ਪੈਕੇਜਿੰਗ ਆ ਉਹ ਕੁਛ ਇਸ ਤਰ੍ਹਾਂ ਦੀ ਆ, ਫੁੱਲ ਵਾਈਟ ਐਂਡ ਵਿਦ ਦੀਸ ਲਾਈਨ, ਦੈਟ ਇਜ਼ ਫੈਮੇ, ਵਿਚ ਇਜ਼ ਆਲਸੋ ਫਰੋਮ ਜ਼ਾਰਾ, ਐਂਡ ਇਟ ਕੋਸਟ ਇਸ 1290, ਵਿਚ ਇਜ਼ ਅੰਡਰ 1500। ਕਾਫੀ ਅੱਛਾ ਆ ਇਹ ਵੀ, ਮਤਲਬ ਸਮਰੀ ਸਮਰੀ ਜੀ ਫਰੈਗਰੈਂਸ ਆ, ਤੁਹਾਨੂੰ ਜ਼ਿਆਦਾ ਕੋਈ ਸਟਰੋਂਗ ਨਹੀਂ ਫੀਲ ਹੋਵੇਗੀ, ਸੋ ਇਰੀਟੇਟਿੰਗ ਨਹੀਂ ਆ ਬਿਲਕੁਲ ਵੀ। ਐਂਡ ਨੈਕਸਟ ਮੇਰੇ ਕੋਲ ਜੋ ਹੈਗਾ ਉਹਦੀ ਪੈਕੇਜਿੰਗ ਇੱਡੀ ਲਗਜ਼ੂਰੀਅਸ ਪੈਕੇਜਿੰਗ ਆ, ਆਈ ਲਵ ਇਟ, ਟੋਟਲੀ ਆਈ ਲਵ ਇਟ। ਸੋ ਦਿਸ ਵਨ, ਓ ਮਾਈ ਗੋਡ, ਦਿਸ ਇਜ਼ ਲਾਈਕ ਮੇਰੀ, ਮਤਲਬ ਇਸ ਦਾ ਸਟੇ ਕਾਫੀ ਅੱਛਾ, ਲਾਈਕ 10 to 12 ਆਵਰਸ, ਮਤਲਬ ਤੁਸੀਂ ਜਿਹੜੇ ਕੱਪੜੇ 'ਤੇ ਇਹਨੂੰ ਸਪਰੇ ਕਰੋਗੇ ਆਫਟਰ ਵਾਸ਼ ਵੀ ਉਹਦਾ ਮਤਲਬ ਫਰੈਗਰੈਂਸ ਜਾਊਗੀ ਨਹੀਂ। ਐਂਡ ਦਿਸ ਇਜ਼ ਵਾਇਲਟ ਬਲੋਸਮ, ਐਂਡ ਇਹ ਆਪਾਂ ਨੂੰ ਕੋਸਟ ਕਰਦਾ ਸੇਮ 1290। ਅਤੇ ਜ਼ਾਰਾ ਦੇ ਪਰਫਿਊਮਸ 'ਤੇ ਘੱਟ ਹੀ ਕੀ ਆ ਔਫ ਲੱਗਦਾ, ਅਦਰਵਾਈਜ਼ ਇਹਨਾਂ 'ਤੇ ਕੀ ਆ ਸੀਜ਼ਨਲ ਔਫ ਲੱਗਦਾ ਰਹਿੰਦਾ ਆ, ਜਿਵੇਂ ਕਿ ਸਪਰਿੰਗ ਹੋ ਗਿਆ, ਆਟਮ ਹੋ ਗਿਆ, ਜਾਂ ਫਿਰ ਕੋਈ ਫੈਸਟੀਵਲ ਔਫ ਵੀ ਇਹਨਾਂ 'ਤੇ ਲੱਗਦਾ ਆ, ਪਰ ਜ਼ਿਆਦਾ ਔਫ ਜਿਹੜਾ ਲੱਗਦਾ ਹੈਗਾ ਕ੍ਰਿਸਮਸ 'ਤੇ, ਕ੍ਰਿਸਮਸ 'ਤੇ ਇਹਨਾਂ 'ਤੇ 50-60% ਔਫ, ਜ਼ਿਆਦਾਤਰ ਨੋਟ ਔਨ ਜ਼ਾਰਾ ਬਟ ਔਨ ਲਾਈਕ ਦਾ ਬੋਡੀ ਵਰਕਸ 'ਤੇ। ਐਂਡ ਆਈ ਹੈਵ ਆਲਸੋ 3 ਪਰਫਿਊਮਸ ਫਰੋਮ ਦਾ ਬੋਡੀ ਵਰਕਸ। ਸੋ ਫਸਟ ਜਿਹੜਾ ਮੇਰਾ ਫਸਟ ਪਰਚੇਸ ਸੀਗਾ ਉਹ ਸੀਗਾ ਇਨ ਦਾ ਸਟਾਰਸ, ਜੋ ਮੈਂ ਕੀ ਆ ਪਰਚੇਸ ਕੀਤਾ ਸੀਗਾ ਕ੍ਰਿਸਮਸ 'ਤੇ। ਸੋ ਇਹਦੀ ਕੈਪ ਦੀ ਤੁਸੀਂ ਦੇਖ ਸਕਦੇ ਹੋ ਕੀ ਕੰਡੀਸ਼ਨ ਆ, ਬਿਕੋਜ਼ ਇਹ ਗਲਾਸ ਦਾ ਆ ਤਾਂ ਇਹ ਬ੍ਰੇਕ ਹੋ ਗਿਆ ਸੀ, ਨੀਚੇ ਡਿੱਗ ਗਿਆ ਸੀਗਾ। ਸੋ ਦਿਸ ਇਜ਼ ਇਨ ਦਾ ਸਟਾਰਸ। ਇਹਦੀ ਫਰੂਟੀ ਫਰੂਟੀ ਜਿਹੜੀ ਇਹਨਾਂ ਦੀਆਂ ਸਿਮਿਲੈਰਿਟੀ ਹੈਗੀਆਂ ਦੋਨਾਂ ਦੀਆਂ, ਜੇ ਮੈਂ ਗੱਲ ਕਰਾਂ ਤਾਂ ਇਹਨਾਂ ਜਿਹੜੀ ਜ਼ਾਰਾ ਦੀ ਆ ਕੁਛ ਕੁਛ ਫਰੂਟੀ ਫਰੈਗਰੈਂਸਿਸ ਆ, ਫਰੂਟੀ ਹੈਗੀਆਂ ਬਟ ਉਹ ਵੀ ਇੱਕ ਕਿ ਉਹਨਾਂ 'ਚ ਵੀ ਡਿਫਰੈਂਸ ਆ, ਬੜੀ ਰਿਚ ਜੀ ਫਰੈਗਰੈਂਸ ਹੁੰਦੀ ਆ,
थोड़ी चीप जी नहीं लगेगी, बाकी कोई इन्नी ज़्यादा इन्हें कॉस्ट भी नहीं है। सो इन द स्टार्स इन भी फ्रूटी जी फ्रेगरेंस है, ये मेरा फर्स्ट बाय सीगा ज़ारा तो, नॉट ऑन ज़ारा, नॉट फ्रॉम ज़ारा एक्चुअली, इट इज़ फ्रॉम द बॉडी वर्कस। इन्हें मैंने कॉस्ट किया जी एक्चुअल प्राइस है वह हैगा 1700, बट ये 50% ऑफ 60% ऑफ सीगा उस टाइम वो, तो फिर मैंने इन्हें कॉस्ट किया अराउंड 850 या फिर 8900 के अराउंड। तो जी ये फ्रैगरेंस है वो फ्रूटी फ्रूटी फ्रैगरेंस है। नैक्सट जो मेरा परचेज सीगा वो मेरा मतलब मैं बहुत टाइम तो चाहती सी कि मैं वो लैना है लैना, बट हर बार की हुंदा सीगा आउट ऑफ स्टॉक चल जाता सीगा। सो एक बार बाय लक मैनू यह मिलिया। सो ये हैगा 1000 विशेज, बहुत ज़्यादा पॉपुलर है ये, मतलब वो रहा है हाइप च रहा है, जे आप बॉडी वर्क्स की जी ब्रांड की गल करिए तो हैगा 1000 विशेज, बट जिहड़ा मेरे कोल पर्टिकुलर वर्जन है स्पेसिफिक वो हैगा है शिमर वाला। ये एक शिमर आपां नूं दिखूगा, शिमरी शिमरी जिहा अफेक्ट एक दिंदा आ। असल च ये जिहड़ा परफ्यूम है ये बीची पेसिस उन्हां वास्ते बनया होया आ, जिवें कि तुसीं बीच ते जा रहे हो एंड तुसीं कुछ ऑफ शोल्डर पाया होया या स्ट्रैपी समथिंग कोई ड्रेस वेयर की हुई है, तो तुसी जदों इत्थे इनू स्प्रे करोगे तो आफ्टर अफेक्ट थोनू की आ एक शिमर शिमरी जा अफेक्ट की है ये छड़ दूगा। एक चीज़ थोनू एवं डायरैक्ट स्प्रे नहीं करना चाहिए, वो तो चलो मैं थोनू रिव्यूज़ दे रही हाँ तो फिर उस इंस्टेंटली वो चीज़ा हो जाए, बट यू हैव टू लाइक कीप इन माइंड डोंट स्प्रे द थिंग्स डायरैक्टली ऑन योर स्किन बिकॉज इट हार्म्स, बिकॉज इट इज़ टोटली मेड अप फ्रॉम केमिकल्स, सो प्लीज कीप इन माइंड। या एंड द माई थर्ड परचेज जो बहुत ही इन्हों का रीसेंट लॉन्च सिगा, दैट इज फेरी टेल, जिंद पैकेजिंग ही कुछ देखो कि फेरी फेरी जी फ्रैग सॉरी पैकेजिंग है, डिजाइनिंग तुसी देख सकते हो, आउटर पैकेजिंग है जिहड़ी इहदी। सो इहदे विच ए वी सेम इन्हां दे जिहड़ा प्राइस है वह इन्ना ही है 1799 1699, बट इन्हें भी मैनू कुछ 50-60% ऑफ ते ही मैनू मिलिया सी। इन्हें कॉस्ट किया सी अराउंड 900 850 समथिंग। सो मेरे को यही परफ्यूम्स की कलैक्शन से अज आप सारा तो इन्होंने बजट फ्रेंडली की गल की, फील लाइक कि हाँ मैनू ये अच्छा लग्या। टू बी वेरी ऑनैसट मैं मतलब तुहानू कि अपने ऑनैसट बिल्कुल ऑनैसट रिव्यूज दिते हैं इन्होंने लैके, कोई इन्ने ज़्यादा की आ आउट ऑफ रेंज नहीं है, आउट ऑफ बजट नहीं है कि कोई नहीं बाय कर सकता, तो फिर ये सारी ही टोटली बजट फ्रेंडली है। बट थोनू की है बस एक ऑफ द वेट करना चाहिए, तुहानू की आ फ्रैश तो लैन का कोई फायदा नहीं होंदा आ, तो करके वाला जिहड़ा एक होंदा ना टैबियो होंदा ते बंदे नू ए होंदा कि यार मैं नहीं परचेज कर सकदा एक्सपेंसिव है, मैं तो कुछ भी नहीं आ, हर जगह ते कुछ ना कुछ की आ आपां नू ऑफ मिल जाता है, बट थोनू की एक सही टाइम की वेट करनी होंदी है। सो दैट्स ऑल फॉर दिस वीडियो, आई मीट यू इन द नैक्सट वीडियो, थैंक यू सो मच फॉर वॉचिंग। तो मैं तुहाडे लई कि होर अच्छी अच्छी वीडियोज लैके आती रहूँगी ते विद ऑनेस्ट रिव्यूज। ओके जी, बाय बाय।